ਸਾਰੀ ਲੈ ਗਏ, ਸਾਰਾ ਹੀ ਸਮਾਨ, ਕੈਮਰੇ ਹੀ ਦੋ, ਸਾਰਾ ਕੰਪਿਊਟਰ ਵਿੱਚ ਪ੍ਰੋਗਰਾਮ ਹੀ ਲੋਕਾਂ ਦੇ, ਸਾਰਾ ਕੁਝ ਲੈ ਗਏ। ਰਾਤ 2 ਵਜੇ ਦੀ ਘਟਨਾ ਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਹੋ ਗਿਆ ਜੀ 3-4 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕੈਮਰੇ ਵੀ ਲੈ ਗਏ 2, ਹਾਂਜੀ ਕਾਫੀ ਹੋਈਆਂ ਜੀ। ਇੱਕ ਹੋਰ ਦੁਕਾਨ ਦੇ ਜਿੰਦਰੇ ਥੋੜ੍ਹੇ ਉਹ ਪਤਾ ਲੱਗ ਗਿਆ ਉਹਨਾਂ ਨੂੰ, ਆ ਗਏ ਫਿਰ ਭੱਜ ਗਏ ਰਾਤੀ ਥੋੜ੍ਹੇ। ਹਾਂਜੀ ਹਾਂਜੀ ਆਈ ਪੁਲਿਸ ਪਹਿਲਾਂ ਖੜਕਾਏ ਜੇ ਉਹ ਮਤਲਬ ਖੋਲੇ ਨਹੀਂ, ਚੌਂਕੀ ਦਾ ਵੀ ਗੇਟ ਨਹੀਂ ਖੋਲਿਆ। ਅੱਛਾ ਫਿਰ ਚਾਚਾ ਜੀ ਰਣਜੀਤ ਜੋਸ਼ਨ ਸੀ ਉਹਨਾਂ ਆਣ ਕੇ ਖਿਲਾਈ ਦਾ, ਐਸਐਚਓ ਨੂੰ ਫੋਨ ਕੀਤਾ ਫਿਰ ਖੋਲਿਆ। ਉਹ ਵਿਆਹਾਂ ਦੇ ਫੰਕਸ਼ਨ ਖਿੱਚੇ ਜੀ ਲੋਕਾਂ ਦੇ, ਉਹਨਾਂ ਨੂੰ ਵੀ ਜਵਾਬ ਦੇਵਾਂਗੇ ਸਾਰੇ ਪ੍ਰੋਗਰਾਮ ਵਿੱਚ, ਕੰਪਿਊਟਰ ਦੇ ਲੈ ਗਏ ਸਾਰੇ, ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ, ਉਹਨਾਂ ਨੂੰ ਜਵਾਬ ਦੇਣਾ ਪੈਣਾ, ਹੁਣ ਕੀ ਦੇਵਾਂਗੇ। ਗੁਰੂ ਦਾ ਬਹੁਤ ਮਾੜਾ ਹੋਇਆ ਜੀ, ਇੱਥੇ ਨਸ਼ੇ ਸਾਰਾ ਕੁਝ ਚੱਲੀ ਜਾਂਦਾ, ਪੁਲਿਸ ਵੇਖਣ ਡੀ ਆ ਸਾਹਮਣੇ, ਉਹਨਾਂ ਦੇ ਸਾਹਮਣੇ ਸਭ ਕੁਝ ਆਉਂਦਾ। ਜਨੈਲਾ ਗੁਰੂ ਵਿੱਚ ਬਹੁਤ ਜ਼ਿਆਦਾ ਚੋਰੀਆਂ ਆਉਂਦੀਆਂ ਵਾ, ਅਤੇ ਇਸ ਕਰਕੇ ਪਹਿਲਾਂ ਵੀ ਫੋਟੋਗ੍ਰਾਫਰ ਦਾ ਇੱਕ ਸਾਰਾ ਸਮਾਨ ਚੁੱਕਿਆ ਗਿਆ ਵਾ, ਇਸ ਕਰਕੇ ਬਹੁਤ ਨੁਕਸਾਨ ਹੋਇਆ, ਨਸ਼ਾ ਪਤਾ ਪਤਾ ਚੱਲਦਾ ਪਿਆ ਵਾ, ਇਸ ਕਰਕੇ ਕੋਈ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦੀ ਪਈ, ਚੋਰੀਆਂ ਜਿਉਂ ਜਿਉਂ ਵੱਧਦੀ ਜਾਂਦੀਆਂ ਵਾ, ਅਸੀਂ ਤਾਂ ਮੰਗਾਂ ਵੀ ਜਿਹੜਾ ਇਹਨੂੰ ਨੱਪ ਪਾਈ ਜਾਂਦੀ। ਸਰੇ ਆਮ ਨਸ਼ਾ ਚੱਲਦਿਆ ਵਾ, ਇੱਥੇ ਸਾਹਮਣੇ ਅਮਲੀ ਬਹੁਤ ਆਉਂਦੇ ਆ, ਸਾਹਮਣੇ ਸਾਡੀ ਦੁਕਾਨ ਦੇ, ਅਤੇ ਬਸ ਕੋਈ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕਰਦਾ।